ਸਸਕੇਵੀ ਜੀ ਸਾਰੇ ਵੀਰਾਂ ਨੂੰ ਸੰਦੀਪ ਡੇਅਰੀ ਫਾਰਮ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ। ਅਤੇ ਵੀਰ ਜੀ ਅੱਜ ਆਪਣੀ ਵਿਜਿਟ ਹੈਗੀ ਆ ਸ਼੍ਰੀ ਹਰਗੋਬਿੰਦਪੁਰ ਹੈ ਜੀ, ਜ਼ਿਲ੍ਹਾ ਗੁਰਦਾਸਪੁਰ ਪੈਂਦਾ, ਤਹਿਸੀਲ ਬਟਾਲਾ। ਗੋਪੀ ਵੀਰ ਕੋਲ ਆ ਚੁੱਕੇ ਜੀ ਅੱਜ। ਫਿਰ ਆਪਾਂ ਅੱਜ ਵੀਰ ਕੋਈ 5-6 ਦੇ ਲਗਭਗ ਪਸ਼ੂ ਸੇਲ ਆ, ਜਿਹਨੂੰ 3 ਝੋਟੀਆਂ 2 ਗਾਵਾਂ। ਝੋਟੀਆਂ ਤੁਹਾਨੂੰ ਪਤਾ ਜੀ ਉੱਧਰੋਂ ਲੈ ਕੇ ਮਾਲ ਹਰਿਆਣੇ ਤੋਂ ਲੈ ਕੇ ਆਉਂਦੇ, ਬੜਾ ਕੁਆਲਿਟੀ ਦੇ ਮਾਲ ਹੈ ਜੀ ਅੱਜ ਵੀ। ਅਤੇ ਹੁਣ ਵੀਰ ਨੇ ਗੱਲਬਾਤ ਕਰੀਏ ਇਹਨਾਂ ਪ੍ਰਾਈਸ ਕੀ ਆ, ਕੀ ਮਿਲਕ ਰਿਕੋਰਡ ਆ। ਉਸ ਤੋਂ ਪਹਿਲਾਂ ਵੀਰ ਜੀ ਰਿਕੁਐਸਟ ਕਰਨ ਤੋਂ ਪਹਿਲਾਂ ਇੱਥੇ ਆ ਕੇ ਚੁਆਈ ਕਰੋ, ਪਾਸ ਕਰੋ, ਪੂਰੀ ਤਸੱਲੀ ਖਰੀਦੋ। ਵਾਹ ਵੀ ਜੀ ਅਸੀਂ ਬੇਨਤੀ ਕਰ ਦਿੰਦੇ ਹਾਂ ਕਿ ਚੁਆਈ ਜ਼ਰੂਰ ਕਰੋ, ਨਾਲੇ ਵੀ ਮੈਂ ਤੁਸੀਂ ਕਰਦਿਆ ਕਰੋ, ਸਰਗਾਹ ਵੀ ਵੀਰ ਦਾ ਫਾਇਦਾ ਹੋ ਸਕੇ। ਹੁਣ ਆਪਾਂ ਬਾਈ ਜੀ ਨਾਲ ਗੱਲਬਾਤ ਕਰੀਏ। ਬਾਈ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਸੰਦੀਪ ਵੀਰ ਜੀ ਸਤਿ ਸ਼੍ਰੀ ਅਕਾਲ, ਸਾਰੇ ਵੀਰਾਂ ਨੂੰ ਵੇਖਣ ਵਾਲਿਆਂ ਨੂੰ ਵੀ ਸਤਿ ਸ਼੍ਰੀ ਅਕਾਲ ਜੀ, ਬਹੁਤ ਪਿਆਰ ਦਿੱਤਾ ਆਪਾਂ ਨੂੰ ਜੀ। ਹੋਰ ਸੁਣਾਓ ਜੀ, ਠੀਕ ਹੈ ਜੀ, ਕਿਵੇਂ ਚੱਲ ਰਹੀ ਕੰਮ? ਬਹੁਤ ਵਧੀਆ ਜੀ ਸੰਦੀਪ, ਦੇਖਿਆ ਮੰਨ ਲਓ ਤੁਹਾਨੂੰ ਦੇਖਿਆ ਜੀ, ਉੱਪਰ ਵਾਲੇ ਦੀ ਪੂਰੀ ਕਿਰਪਾ ਤੇ ਉੱਪਰੋਂ ਤੁਹਾਡੀ ਵੀ ਪੂਰੀ ਕਿਰਪਾ। ਨਹੀਂ ਚਲੋ ਪਰਮਾਤਮਾ ਸਰ ਤੋਂ ਫਿਰ ਸਰ ਕਰੇ ਜੀ। ਹਾਂਜੀ ਹਾਂਜੀ, ਚਲੋ ਅੱਜ ਵੀ ਫਿਰ ਉਧਰੋਂ ਹੀ ਆਇਆ ਮਾਲ ਜੀ। ਹਾਂਜੀ 3 ਝੋਟੀਆਂ ਆਈਆਂ ਜੀ, ਇੱਕ ਸੇਲ ਹੋ ਗਈ ਹੈ ਪਰ ਚੱਲਦੀ ਤੇ ਇੱਥੋਂ ਹੋਣੀ, ਇਹ ਲੋਕਲ ਲਈ ਹੈ, ਲੋਕਲ ਲਈ ਹੁਣੇ ਅਜੇ ਆਈ ਹੈ ਜੀ। ਠੀਕ ਆ, ਕਰੀ ਸ਼ੁਰੂ ਜੀ ਬਾਬਾ, ਦੱਸੋ ਜੀ ਇਹਦੇ ਬਾਰੇ। ਗੱਬਣ ਹੈ ਜੀ, ਇਹ ਗੱਬਣ ਹੈ ਜੀ, ਹਾਂਜੀ ਤੀਸਰਾ ਸੂਆ ਵਾ। ਅੱਛਾ ਤੀਸਰਾ ਸੂਆ, ਠੀਕ ਜੀ। ਇਹ ਲਾਗੋ ਫੜੀ ਆ, ਹਾਂਜੀ 14-15 ਕਿਲੋ ਦੀ ਮੱਝ ਦੀ ਫੁੱਲ ਗਰੰਟੀ ਆ ਜੀ। 14-15 ਕਿਲੋ ਹੈ ਜੀ, ਹਾਂਜੀ ਹਾਂਜੀ, ਠੀਕ ਆ। ਤੇ ਕਿੰਨੇ ਟਾਈਮ ਲੈ ਜੂ ਭਾਜੀ ਇਹ? ਇਹ ਸਮਝ ਲਓ ਵੀ 2 ਲੈ ਦੇ, 4 ਦਿਨ ਲੈ ਜੀ, ਇੰਨਾ ਟਾਈਮ ਲੈ ਜੀ, ਤਿਆਰ ਹੀ ਹੈ ਜੀ। ਖੋਲੋ ਭਾਜੀ ਫਿਰ, ਦੇਖੋ ਜੀ ਸੋਹਣੀ ਝੋਟੀ ਹੈ ਜੀ, ਮੱਝ ਲਾਲੋ ਝੋਟੀ ਤੁਹਾਡੇ ਸਾਹਮਣੇ ਆ ਤੇ ਹਜੇ ਲੈ ਜੂਗੀ, ਪਰ ਲੇਵਾ ਬਹੁਤ ਸੋਹਣਾ, ਚੰਗਾ ਕੁਆਲਿਟੀ ਲੇਵਾ, ਪੂਰਾ ਕੁਆਲਿਟੀ ਦੇ। ਬਿਲਕੁਲ ਜੀ, ਆ ਵੇਖੋ ਜੀ, ਦੇਖੋ ਜੀ ਥਾਂ ਤੋਂ। ਓਕੇ ਭਾਈ ਜੀ, ਬਿਲਕੁਲ ਜੀ, ਓਕੇ ਜੀ, ਓਕੇ, ਆਪਣੀ ਆ ਜਾਓ, ਗਰੰਟੀ ਹੈ, ਆ ਜਾਓ ਆ ਜਾਓ। ਹਾਂਜੀ ਵੇਖ ਲਓ, ਫੁੱਲ ਵੱਡੀ ਮੱਝ ਆ, ਬਿਲਕੁਲ ਜੀ, ਆ ਦੇਖੋ ਜੀ, ਠੀਕ ਆ। ਇੱਕ ਵਾਰ ਫਿਰ ਦਿਖਾ ਦਈਏ ਜੀ, ਲਈ ਵੀ ਨਹੀਂ ਜੀ ਫਾਰਮ ਤੋਂ ਜੀ। ਅੱਛਾ, ਫਾਰਮ ਦਾ ਟਾਈਮ ਪਿਆ ਜੀ, ਠੀਕ ਹੈ ਜੀ। ਹਾਂਜੀ ਹਾਂਜੀ, ਬੋਲੋ ਜੀ ਫਿਰ। ਮੁੱਲ ਤੇ ਸਦੀਪ ਵੀਰ ਜੀ ਦਿਲ ਕਰਦਾ 120 ਕਰ ਲਈਏ। ਹਾਂਜੀ, ਜੋ ਅੱਜ ਉਹ ਕੀਮਤ ਕਰਨੀ ਹੈ ਲੈਣ ਦੇਣ ਵਾਲੀ। ਹਾਂਜੀ ਹਾਂਜੀ, ਮੁੱਲ 1,00,000 ਜੀ। ਹਾਂਜੀ, 98,000 ਦੀ ਮੱਝ ਦੇ ਦਿੰਦੇ। 1,00,000? ਹਾਂਜੀ, ਮੁੱਲ 1,00,000 ਵਾ ਵੀ, 1,10,000 ਵੀ, 1,20,000 ਵੀ, ਮਤਲਬ 98,000 ਕੱਲਾ, 98,000 ਦੀ, 98,000 ਅੱਜ ਦੇਣ ਲਾਣ ਵਾਲੇ ਕੰਮ। ਚਲੋ ਕੋਈ ਗੱਲ ਨਹੀਂ, ਕੱਲੇ 98,000 ਹੋਰ ਕਰ ਦੋ, ਮਾਨ ਕਰ ਦਾਂਗੇ ਜੀ, ਕਰਦੇ ਜੀ, ਆ ਜਾਓ ਆ ਜਾਓ ਇਧਰ ਆ ਜਾਓ। ਇਹ ਜੀ, ਇਹ ਜੀ ਪਹਿਲਾ ਸੂਆ ਵਾ, 4 ਦੰਦ ਝੋਟੀ ਆ, ਸੂਈ ਹੈ ਜੀ, ਸੂਈ ਸੂਈ ਹੈ ਜੀ, ਹਾਂਜੀ, ਇਹਦਾ ਉਹ ਬੱਚਾ ਜੀ, ਕੱਟਾ ਕੱਟੀ ਜੀ, ਕੱਟਾ ਕੱਟਾ ਕੱਟਾ, ਠੀਕ ਹੈ। ਦੁੱਧ ਇਸ ਟਾਈਮ ਤਿਆਰ ਕਿੰਨਾ ਜੀ? ਇਸ ਟਾਈਮ 12 ਕਿਲੋ ਸੰਦੀਪ ਜੀ, ਜਿਹੜਾ 12 ਕਿਲੋ ਤਿਆਰ ਹੈ ਜੀ, ਦੇਖੋ ਥਾਂ ਚੁਆਈ ਕਰਕੇ ਲੈ ਕੇ ਜਾ। ਖੋਲੋ ਇਹ ਵੀ ਖੋਲੋ, ਦੇਖੋ ਜੀ ਵੱਡੀ ਝੋਟੀ ਪੂਰੀ ਜੀ, ਆ ਦੇਖੋ ਥਾਂ ਲੈਵਾ, ਬੜਾ ਕੁਆਲਿਟੀ ਵਾਲਾ, ਦੇਖੋ 9 ਗਲ ਥਾਂ ਲੱਗਿਆ, ਦੇਖੋ ਫੇਸ ਕੁਆਲਿਟੀ ਦਿਖਾ ਬੜਾ ਜਾ, ਸੋਹਣੀ ਸੋਹਣੀ ਸਿੰਗੀ ਹੈ ਜੀ, ਚਾਰ ਦਿਨ ਦਾ ਮੂੰਹ, ਕੋਈ ਕੋਈ ਗੱਲ ਨਹੀਂ, ਕੋਈ ਨਹੀਂ, ਲੈ ਚਲੋ ਆ ਦੇਖੋ। ਟਾਈਮ 10 ਵਜੇ ਸਿਰਫ, ਦੇਖੋ ਚੁਆਈ ਬਾਜੀ ਫਿਰ ਕਿੰਨੇ ਕੀਤੀ ਸੁਬਾਹ? ਅੱਜ 6 ਵਜੇ, 6 ਵਜੇ ਚੁਆਈ, ਠੀਕ ਹੈ ਜੀ, ਚਲੋ ਲੈ ਚਲੋ। ਬਿਲਕੁਲ ਭਾਜੀ, ਬਿਲਕੁਲ ਬਿਲਕੁਲ ਬਿਲਕੁਲ, ਸੰਗਰੂਰ ਗਈ ਉਹ ਮੱਝ, 14 ਕਿਲੋ ਉਹਨੇ ਕੰਡੇ ਦੇ ਤੋਲ ਕੇ, ਮੇਰੇ ਕੋਲ ਨੰਬਰ ਆ, ਬਹੁਤ ਖੁਸ਼ ਆ। ਚਲੋ ਆਪਣੇ ਵੱਲੋਂ ਕੋਸ਼ਿਸ਼ ਕਰੀ ਦੀ ਆ ਵੀ ਮਾੜਾ ਨਾ ਹੋ ਜੇ, ਕਿਸੇ ਨਾਲ ਚੰਗਾ ਹੋਊਗਾ ਅਗਲਾ ਫੇਰ ਆਊਗਾ। ਬਿਲਕੁਲ ਬਿਲਕੁਲ ਜੀ ਬਿਲਕੁਲ। ਮੁੱਲ ਕਿੰਨਾ ਕਰਦੀ ਅੱਜ? ਜੈ ਜੀ ਕਰਦਾ ਜੀ, ਮੁੱਲ 1,40 ਆ। ਹਾਂਜੀ, 1,20,000 ਦੀ ਝੋਟੀ ਦੇ ਦਾਂਗੇ, 1,20,000 ਦੀ, ਹਾਂਜੀ, ਮਾਨ ਤਾਨ ਕਰ ਦਾਂਗੇ। ਕਿੰਨਾ ਕਰ ਦੋਗੇ ਤੁਸੀਂ ਦੱਸ ਦੋ, ਕਿੰਨਾ ਕਰਦੀ? ਚੰਗੀ ਝੋਟੀ ਆ, ਇਹ ਨਹੀਂ ਆ ਵੀ ਚਲੋ ਕਰਦੇ, ਖੁਸ਼ ਨਹੀਂ ਕਰਦੇ, ਜਿੰਨਾ ਮਰਜ਼ੀ ਕਰਦੇ ਜੀ। 2,000 ਛੱਡਦਾ? ਚਲੋ ਛੱਡਦਾ ਜੀ, ਛੱਡਦੇ ਫਿਰ ਤੁਸੀਂ ਦੱਸ ਦੋ ਕਿੰਨਾ ਛੱਡਦੇ, ਦੱਸ ਦੋ ਅੱਜ ਅੱਜ ਦੇਣ ਲੈਣ ਵਾਲੀਆਂ ਗੱਲਾਂ। ਜਿਹੜਾ ਲੈ ਕੇ ਜਾਊਗਾ ਝੋਟੀ, ਹਾਂਜੀ, ਕੋਈ ਭੂਰ ਛੱਟਾ, ਹਾਂਜੀ, ਡੰਗ ਭੰਨੇ ਇੱਥੇ ਬੰਨ ਕੇ ਆਪਣੇ 5,000 ਫਾਲਤੂ ਦਊਗਾ ਝੋਟੀ ਦੇ। ਚਲੋ 5 ਛੱਡ ਦੋ, 3 ਛੱਡਿਆ, 1,15 ਦੀ ਝੋਟੀ ਦੇ 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 ਦੇ, ਆ ਜਾ ਵੱਡੀ ਝੋਟੀ ਆ, ਵੇਖ ਲਓ ਕੁਆਲਿਟੀ, ਬਾ ਠੀਕ ਆ। ਇਹ ਜੀ, ਇਹ ਵੀ ਪਹਿਲਾ ਸੂਆ ਵਾ, 4 ਦਾ ਅੰਦਾ ਜੀ। ਅੱਛਾ, ਤੇ ਵੇਖ ਲਓ ਕੱਦ ਕਾਦ ਝੋਟੀ ਦਾ, ਨਹੀਂ ਵੱਡੀ ਝੋਟੀ ਹੈ ਜੀ ਇਹ ਵੀ। ਦੁੱਧ ਕਿੰਨਾ ਬਾਈ ਜੀ? ਇਹਦੇ ਥੱਲੇ ਇਸ ਟਾਈਮ ਤੇ ਮੌਕੇ ਤੇ ਅਜੇ ਤਾਜ਼ੀ ਆਈ ਹੈ, 11 ਕਿਲੋ ਤੇ ਆਈ ਹੈ ਜੀ, 11, ਆ ਦੇਖੋ। ਆ ਵੇਖ ਲਓ, ਲੋਕੀ ਕਹਿੰਦੇ ਸਿਰ ਬਰਾਬਰ ਆ ਗਏ ਜੀ, ਨਾ ਸਿਰ ਬਰਾਬਰ, 5 ਫੁੱਟ ਹੈਗੇ,
जेड ब्लैक झोटी है जी, तो वड्डी झोटी आ, बहुत खूबसूरत झोटी आ, थान की क्वालिटी बड़ी सोहनी हिंदी भी काली शाकर। आ जाओ आ जाओ लिया देखो जी, रूह खुश हो जी भाजी ए पशु देख के। ठीक है, रिकॉर्ड वाली झोटी नहीं नहीं बिल्कुल है भाजी, दिखी जानी है जी अक्सर रिकॉर्ड वाली झोटियाँ, चलो अपन नहीं पता कि इन्हें मां रिकॉर्ड है कि प्यो ने नहीं पता लगता कई बार। ठीक है, अक्सर आने चंगे चंगे सन तैयार होंगे जी। हाँ जी बिलकुल जी, ठीक है कर लो करो जो मर्जी। 14 किलो झोटी खुला डोला कड़ जाना आज आज हो आज थले जो एक वीर ही झोटी दे दा बा ठीक है चलो और छड़ दे खुशी ने जो थोड़ा मान दे मैं सच्ची पुछो लैन देन वाली गल है कोई गल फिर फोन नहीं ओदे मन दुखदा हां जी मन गाहकां नाल बिल्कुल बिल्कुल जी बिल्कुल बिल्कुल माल खड़ूगा फिर ही आपां भी लेउण वाले भाई जी मुल्ल वेख सही करोगे तां ही गाहक लिखणा है ना। हुण वेख लो किड्डी झोटी है केड़े पासों कुंजी झोटी। ठीक है भाई जी, आ बच्चा जे देख लो कट्टी जी कट्टा कट्टा बोले दी झोटी खाली होई है। बस ठीक है जी, ठीक है ओ बच्चा। अच्छा बच्चा मर गया जी, हां जी एक मर हुणी सुई आ केड़ी नहीं गां नु सुई नु धो के दस देणा इने चिचड़ बड़े संदीप जी। ठीक है ओ लोग ध्यान नहीं देंदे मैं इनु चिचड़ लाते पर ओ पहले ही खोल पी लिया है जाना दा भी पीता ए जी संदीप जी माल बिकूगा फिर ही मन नु खुशी हुंदी है घट मुनाफा ले लांगे बिकदा उदन भी सारे माल उसे वाले सेल हो गया जी। बिल्कुल आ जाते हाँ जी बोलो भाजी मुल वीर जी 40,000 30,000 बहुत थोड़ा होंगे दो देखो जी आ पशु बाइया को चेक करके चुवाई करके मेरा भी लेके जाया, बड़े सोहने क्वालिटी पशु को। ठीक है जी, मेरे साथ तीसरी वीडियो बन लगी आ, चलो रेट भी बोले जायज ही करते हैं। ठीक है आ तो फिर तुम लेके जाए कि नहीं भाजी। हाँ जी वीर जी वेख लो हम झोटियां वेख लो कि मैं बिल्कुल ला ता के मुंह करता बिल्कुल बिल्कुल बिकूगा माल होर आ जाऊगा। ना ना कोई गल नहीं, आ फिर ये चली जाने भाजी। ठीक है हाँ जी, नंबर बोलो जी अपना नंबर बाद च भाजी थोड़ा ना पता नहीं लगता कई यार। हाँ जी
ਪਿੰਡ ਸ਼ਹਿਰ ਹੈਗਾ ਜੀ ਸ਼੍ਰੀ ਹਰਗੋਬਿੰਦਪੁਰ ਹਾਂਜੀ ਤੇ ਤਹਿਸੀਲ ਬਟਾਲਾ ਡਿਸਟ੍ਰਿਕਟ ਗੁਰਦਾਸਪੁਰ ਤੇ ਇੱਧਰ ਲੱਗਦਾ ਆਪਣੇ ਤੋਂ 22 ਕਿਲੋਮੀਟਰ ਜੀ ਟਾਂਡਾ ਦਸੂਆ ਮਕੇਰੀਆਂ ਕਿਉਂ ਇੱਧਰੋਂ ਵੀ ਗਾਹਕ ਆਉਂਦੇ ਵਿਚਾਰਿਆਂ ਨੂੰ ਨਹੀਂ ਪਤਾ ਕਰਕੇ ਇੱਧਰ ਆਪਾਂ ਨੂੰ ਗੁਰਦਾਸਪੁਰ ਤੋਂ ਹਰਚੋ ਵਾਲੇ ਰੋਡ ਹੈ ਹਰਚੋ ਵਾਲਾ ਆਪਾਂ ਨੂੰ 8 ਕਿਲੋਮੀਟਰ ਹੈ ਇੱਧਰ ਆਪਾਂ ਨੂੰ ਘੁਮਾਣ 10 ਕਿਲੋਮੀਟਰ ਪੈਂਦਾ ਮੇਚੇ ਰੋਡ ਦੇ ਉੱਤੇ ਸਿੱਧਾ ਆ ਜਾਈਦਾ ਅੰਮ੍ਰਿਤਸਰ ਇੱਥੋਂ 60 ਕਿਲੋਮੀਟਰ ਹੈ ਜੀ ਚਲੋ ਬੜਾ ਸਾਰਿਆਂ ਨੇ ਮਾਣ ਬਖਸ਼ਿਆ ਆਪਣਾ ਚਲੋ ਚੰਗੇ ਪਸ਼ੂ ਲਿਆਉਣ ਦੀ ਕੋਸ਼ਿਸ਼ ਕਰਾਂਗੇ ਜਾਇਜ਼ ਰੇਟ ਤੇ ਵੇਚਾਂਗੇ ਕੋਈ ਲਾਮੇ ਦੀ ਆਉਂਦੀ ਤੁਹਾਨੂੰ ਮਤਲਬ ਨਹੀਂ ਕੋਸ਼ਿਸ਼ ਚੰਗਾ ਲਾਮਾ ਨਹੀਂ ਆਉਣ ਦਿੰਦਾ ਮੈਂ ਚਲੋ ਠੀਕ ਆ ਸਵਾਈ ਤੇ ਸਾਫ਼ ਡੰਗਰ ਹੈ ਬਿਲਕੁਲ ਭਾਜੀ ਬਿਲਕੁਲ ਠੀਕ ਹੈ ਭਾਜੀ ਫਿਰ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ